ਕੈਨੇਡਾ ਯੋ ਕਦੇ ਆਪਾਂ ਵੀ ਪਹਿਲਾਂ ਤੂੰ ਹੀ ਦਵਾ ਲਾ ਨੌਕਰੀ ਹੈ ਕਦੇ ਆਪਾਂ ਵੀ ਲੰਡਨ ਵਾਲੇ ਦਿਗਦਾਰ ਕੁਛ ਬੰਦੇ ਪੈਦਾ ਹੁੰਦੇ ਨੇਗੇ ਐਸ਼ ਕਰਨ ਨੂੰ ਤੇ ਕੁਛ ਬੰਦੇ ਪੈਦਾ ਹੁੰਦੇ ਨੇ ਉਹਨਾਂ ਦੀ ਸੇਵਾ ਕਰਨ ਨੂੰ ਆਪੋ ਆਪਣੀ ਡਿਊਟੀ ਕਰੋ ਕਦੇ ਆਪਾਂ ਵੀ ਕੈਨੇਡਾ ਵਾਲੇ ਹੋ ਜਾਂਗੇ ਫਿਰ ਹਾਲੀ ਯਾਰ ਇੰਡੀਅਨ ਨੇ ਆਸ਼ਕੀ ਦੇ ਡਾਇਲੋਗ ਲਿਖਾ ਰਿਹਾ ਉਹ ਵੀ ਮੈਥੋਂ ਬ੍ਰਹਮਚਾਰੀ ਤੋਂ ਬਈ ਤਾਂ ਹੀ ਤਾਂ ਇੱਥੋਂ ਲਿਖਾਉਣਾ ਤੇਰੇ 'ਚ ਅੱਗ ਬਹੁਤ ਹੈ ਇੱਕ ਤਾਂ ਸਾਲੀਆ ਘਰ ਵਾਲਿਆਂ ਨੂੰ ਰੋਟੀ ਖਵਾਉਣ ਦੀ ਬੜੀ ਵਧੀਆ ਆਦਤ ਹੁੰਦੀ ਹੈ ਵੀ ਲੋਕ ਕਹਿਣਗੇ ਰੋਟੀ ਬੜੀ ਸਵਾਦ ਸੀ ਬੇਟਾ ਕੋਈ ਦੰਦ ਤਾਂ ਨਹੀਂ ਟੁੱਟਿਆ ਕੋਈ ਵੱਖਰੀ ਜਿਹੀ ਥਾਂ ਹੋਵੇ ਅੱਜ ਤੇਰੀ ਯਾਦ ਆਈ ਪਲ ਪਲ ਬਾਦ ਆਈ ਭੁੱਲੇ ਨਾ ਭੁਲਾਇਆ ਬੜੀ ਵਾਰ ਪਰਦੇਸੀਆ ਜੁਗ ਜੁਗ ਜੀਓ ਮੇਰੇ ਯਾਰ ਪਰਦੇਸੀਆ।